ਕੌਡੀ 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 ਹਾਕ ਮਾਰੀਏ ਜੱਗੂ ਨੂੰ ਕਿਹੜੇ ਕਿਹੜੇ ਮਿਸ ਕਰਦੇ ਸੀਗੇ ਲੈ ਵੀ ਜੱਗੂਆ ਧੌਣ ਉੱਚੀ ਚੁੱਕਦੇ ਵੇਖ ਯਾਰਾ ਦੁਨੀਆ ਕਿੰਨਾ ਪਿਆਰ ਕਰਦੀ ਹੈ ਆਹ ਦੋ ਕਦਮ ਚੱਲ ਕੇ ਖੇਡ ਮੈਦਾਨ ਦੇ ਵਿੱਚ ਹਾਕ ਮਾਰੀਏ ਪਹਿਲਵਾਨ ਦਾ ਪੁੱਤਰ ਜੱਗੂ ਵੀ ਖੇਡ ਮੈਦਾਨ ਦੇ ਵਿੱਚ ਪੁੱਜਾ ਹੋਇਆ ਖੇਡ ਦਾ ਕਬੱਡੀ ਕਹਿੰਦੇ ਪੁੱਤ ਭਲਵਾਨ ਦਾ ਜੱਗੂ ਦਾ ਨਾਮ ਹੁਣ ਬੱਚਾ ਬੱਚਾ ਜਾਣਦਾ ਜਿਹਦਾ ਹਾਕਮ ਵਾਲਾ ਪਿੰਡ ਭੰਨੇ ਰੇਡਰਾਂ ਦੀ ਹਿੰਡ ਗੱਲਾਂ ਦਰਸ਼ਨ ਸੱਚੀਆਂ ਸੁਣਾਈ ਜਾਂਦਾ ਏ ਜੱਗੂ ਸਿਰੇ ਦਿਆਂ ਰੇਡਰਾਂ ਨੂੰ ਢਾਈ ਜਾਂਦਾ ਏ ਜੱਗੂ ਸਿਰੇ ਦਿਆਂ ਰੇਡਰਾਂ ਨੂੰ ਢਾਈ ਜਾਂਦਾ ਏ ਬੀਤ ਬਲਾਸਟ ਜੋੜੀ ਵਾਲੇ ਦਾ ਯਾਰ ਪੁੱਜਿਆ ਹਾਕ ਮਾਲੀਏ ਜੱਗੂ ਦਾ ਤੇ ਬਲਾਸਟ ਜੋੜੀ ਵਾਲੇ ਬੀਤ ਦਾ ਕਹਿੰਦੇ ਅੱਜ ਵੱਡੇ ਪੱਧਰ ਤੇ ਮਾਨ ਸਨਮਾਨ ਕੀਤਾ ਜਾਵੇਗਾ ਕਰਨ ਜੂਕੇ ਤੇ ਯਾਦ ਜੂਕੇ ਦਾ ਵੱਡਾ ਯੋਗਦਾਨ ਅੱਜ ਦੇ ਮੇਲੇ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਹੈਲੋ ਤੇ 21 ਤਰੀਕ ਦੇ ਦਿਨਾਂ ਦੇ ਕਬੱਡੀ ਕੱਪ ਦੀ ਅਗਲੀ ਗੱਲ ਸਾਡੇ ਸਾਥੀ ਬੁਲਾਰੇ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਵੀ ਸਾਰੀਆਂ ਲਾਈਟਾਂ ਆਪਣੀਆਂ ਠੀਕ ਕਰ ਲਏ ਕਿਉਂਕਿ ਲਾਈਟਾਂ ਦੀ ਬੜੀ ਜਿਹੜੀ ਦੇਰ ਤੱਕ ਜ਼ਰੂਰਤ ਪਰ ਕਮਾਣ ਹੋਣਾ ਦਾ ਵੱਡਾ ਸਹਿਯੋਗ ਹੈ ਸਾਰੇ ਭਰਾਵਾਂ ਦਾ ਆਪਾਂ ਸਮੇਂ ਸਮੇਂ ਤੇ ਜਿਹੜਾ ਹੈ ਉਹ ਜ਼ਿਕਰ ਕਰਾਂਗੇ ਜਲਾਲਪੁਰੀਆ ਪਾਲਾ ਅੱਜ ਚੇਚੇ ਤੌਰ ਤੇ ਮੱਘਰ ਸਿਹਾਲ ਦੇ ਨਾਲ ਯਾਰੀਆਂ ਪਗਾਉਣ ਦੇ ਲਈ ਪੁੱਜਿਆ ਹੈ ਕਈ ਦਰਸ਼ਕ ਸੋਚਦੇ ਹੋਣਗੇ ਵੀ ਪਾਲਾ ਖੇਡ ਕਿਉਂ ਨਹੀਂ ਰਿਹਾ ਕਿਉਂਕਿ ਪਾਲੇ ਦੇ ਬੈਕ ਦੇ ਵਿੱਚ ਪ੍ਰੋਬਲਮ ਹੈ ਲੱਕ ਦੇ ਵਿੱਚ ਬੜੀ ਪ੍ਰੋਬਲਮ ਹੈ ਤੇ ਡਾਕਟਰ ਨੇ 20 ਦਿਨ ਦੀ ਜਿਹੜੀ ਰੈਸਟ ਦੱਸੀ ਹੈ ਵੀ ਪਾਲਿਆ ਵੈਦ ਨੇ ਆਖਿਆ ਵੀ 20 ਦਿਨ ਜਿਹੜੀ ਤੂੰ ਰੈਸਟ ਕਰ ਲਵੇਂ ਜੇ ਪ੍ਰੋਪਰ ਮੇਰੇ ਕੋਲ ਆ ਕੇ ਆਪਣੀ ਢੂਈ ਦਾ ਇਲਾਜ ਕਰਵਾ ਲਵੇਂ ਤੇ ਫਿਰ ਤੂੰ ਨੌਜਵਾਨ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਵਧੀਆ ਖੇਡ ਸਕਦਾ ਤੇ ਜੇ ਕਹਿੰਦਾ ਵੀ ਤੂੰ ਇਸੇ ਤਰ੍ਹਾਂ ਹੀ ਖੇਡੀ ਗਿਆ ਤੇ ਫਿਰ ਨੌਜਵਾਨ ਕਹਿੰਦਾ ਵੀ ਮੈਂ ਮਾਫੀ ਚਾਹੁੰਦਾ ਵੀ ਇਹ ਸ਼ਬਦ ਮੈਨੂੰ ਵਰਤਣੇ ਪੈ ਰਹੇ ਹੈ ਵੀ ਤੇਰਾ ਇੱਕ ਪਾਸਾ ਵੀ ਜਿਹੜਾ ਉਹ ਖੜ ਸਕਦਾ ਕਿਉਂਕਿ ਜਿਹੜੇ ਢੂਈ ਦੇ ਮਣਕੇ ਆ ਉਹ ਨਾੜ ਦੇ ਬਿਲਕੁਲ ਦਿਲਵਰ ਜੀ ਤੁਸੀਂ ਜਾਣਦੇ ਹੋ ਔਰ ਥੋੜੀ ਪ੍ਰੋਬਲਮ ਆਈ ਹੈ ਇੱਕ ਪਾਸੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਯਾਦ ਸਿਆਲ ਜੀ ਹੈਨ ਗੱਲਾਂ ਟਿਕਾਣੇ ਲੱਗਣੀਆਂ ਲੈ ਵੀ ਪਾਲਾ ਜਲਾਲਪੁਰ ਜੀ ਆਇਓ ਦੋ ਕਦਮ ਚੱਲ ਕੇ ਮੈਦਾਨ ਦੇ ਵਿੱਚ ਲੈ ਵੀ ਜਲਾਲਪੁਰੀਏ ਪਾਲੇ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਜਲਾਲਪੁਰੀਆ ਪਾਲਾ ਦੁਨੀਆਂ ਦਾ ਸਭ ਤੋਂ ਉੱਪਰ ਸਟਾਰ ਸਰਦਾਰ ਸੋਹਣ ਸਿੰਘ ਦੇ ਪੁੱਤਰ ਦੀ ਕਹਿੰਦੇ ਦੁਨੀਆਂ ਨਿਵਾਨੀਆਂ ਹਾਕੀ ਕਹਿੰਦੇ ਦੁਨੀਆਂ ਜਲਾਲਪੁਰੀਏ ਪਾਲੇ ਨੇ ਇੱਕੋ ਹੀ ਗੱਲ ਆਖਿਆ ਸੀ ਕਿਉਂਕਿ ਇਕੱਲੇ ਜਲਾਲਪੁਰੀਏ ਪਾਲੇ ਨਾਲ ਪਿਆਰ ਨਹੀਂ ਡਾਕਟਰ ਮੱਘਰ ਸਿਆਲ ਦਾ ਪਿਆਰ ਫੈਮਿਲੀ ਤੱਕ ਹੈ ਜਲਾਲਪੁਰੀਏ ਪਾਲਾ ਡਾਕਟਰ ਗੱਲਾਂ ਕਰਦਾ ਹੁੰਦਾ ਵੀ ਜਲਾਲਪੁਰੀਆ ਪਾਲਾ ਆਪਣਾ ਫੈਮਿਲੀ ਪਲੇਅਰ ਹੈ ਤੇ ਮਹਾਨ ਕਬੱਡੀ ਪਲੇਅਰ ਅੱਜ ਮੱਘਰ ਦੇ ਮੇਲੇ ਤੇ ਪੁੱਜਿਆ ਇੱਕ ਵਾਰੀ ਹੋਰ ਤਾੜੀਆਂ ਮਾਰ ਦੋ ਖਰਾ ਤਾੜੀਆਂ ਮਾਰ ਦੋ ਮੇਰੇ ਵੀਰੋ ਜਲਾਲਪੁਰੀਆ ਪਾਲਾ ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਜਿਹੜਾ ਹੁਣੇ ਹੁਣੇ ਮੇਰੇ ਵੀਰੋ ਵਿਦੇਸ਼ੋਂ ਪੁੱਜਿਆ ਤੇ ਅੱਜ ਯਾਰੀ ਹੈ ਪਿਆਰ ਹੈ ਡਾਕਟਰ ਮੱਘਰ ਸਿਹਾਲ ਦੇ ਨਾਲ ਅੱਜ ਪਿਆਰ ਸਤਿਕਾਰ ਮਨਾਉਣ ਲਈ ਆਇਆ ਮੇਰੇ ਵੀਰੋ ਜਲਾਲਪੁਰੀਆ ਬਲਵੀਰ ਸਿੰਘ ਪਾਲਾ ਅੱਜ ਦੇ ਕਬੱਡੀ ਕੱਪ ਦੇ ਉੱਤੇ ਆਇਆ ਹੋਇਆ ਦੁਨੀਆਂ ਦੇ ਸਟਾਰ ਖੇਡ ਰਹੇ ਹੈ ਔਰ ਜਲਾਲਪੁਰੀਆ ਪਾਲਾ ਪੁੱਜਾ ਹੈ ਔਰ ਸਾਰੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇੱਕ ਦੋ ਤਿੰਨ lab.com ਦੇ ਕੈਮਰੇ ਵਾਲਿਆ ਮੈਂ ਵੀ ਵਿਖਾ ਦੁਨੀਆਂ ਨੂੰ ਵੀ ਅੱਜ ਕਹਿੰਦੇ ਸਿਹਾਲ ਦੇ ਵਿੱਚ ਪਾਲਾ ਪੁੱਜ ਗਿਆ ਮੇਰੇ ਵੀਰੋ ਸਿਹਾਲ ਦੇ ਵਿੱਚ ਪਾਲਾ ਪੁੱਜ ਗਿਆ ਹੈਲੋ ਕਬੱਡੀ ਦਾ ਸੰਸਾਰ ਪ੍ਰਸਿੱਧ ਖਿਡਾਰੀ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਇਸ ਕਬੱਡੀ ਕੱਪ ਦਾ ਅਸੀਂ ਇਹ ਕਹਿ ਦਈਏ ਵੀ ਪ੍ਰਬੰਧਕ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਬਲਵੀਰ ਪਾਲਾ ਕਿਉਂ ਨਹੀਂ ਖੇਡ ਰਿਹਾ ਪੰਜਾਬ ਦੇ ਬਹੁਤੇ ਕਬੱਡੀ ਕੱਪਾਂ ਤੇ ਮੈਂ ਇਹ ਵੀ ਦੱਸ ਦਿਆਂ
ਵੀ ਇਹਨਾਂ ਦੀ ਢੂਹੀ ਦੇ ਵਿੱਚ ਇੱਕ ਪਲੋਵਰਮ ਹੈ ਜਿਹਨੂੰ ਆਪਾਂ ਕਹਿ ਦਿੰਦੇ ਵੀ ਡਿਸਕ ਪਲੋਵਰਮ ਹੈ ਜਿਹੜੀ ਉਹ ਚੱਲ ਰਹੀ ਹੈ। ਨਿਊਜ਼ੀਲੈਂਡ ਦੇ ਵਰਲਡ ਕੱਪ 'ਤੇ ਵੀ ਮੈਂ ਦੇਖਿਆ ਵੀ ਖੇਡਿਆ ਜ਼ਰੂਰ ਜ਼ੋਰ ਪਾ ਕੇ ਖਿਡਾਇਆ ਪਰ ਜਿੰਨਾ ਚਿਰ ਸਰੀਰ ਖਿਡਾਰੀ ਦਾ ਸਾਥ ਨਾ ਦੇਵੇ ਉਹਨਾਂ ਚਿਰ ਗੱਲ ਨਹੀਂ ਬਣਦੀ। ਡਾਕਟਰ ਮੱਘਰ ਸਿਹਾਲ ਹੋਰੀ ਵੀ ਦੇ ਇਲਾਜ ਦੇ ਵਿੱਚ ਪੂਰਾ ਸਾਥ ਦੇ ਰਹੇ ਨੇ। ਬਲਵੀਰ ਪਾਲਾ ਇੱਥੇ ਪੁੱਜਾ, ਇਹੀ ਸਾਡੇ ਲਈ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਮੈਂ ਅਕਸਰ ਕਹਿੰਦਾ ਹੁੰਦਾ ਵੀ 2005 ਤੋਂ ਲੈ ਕੇ 2024 ਤੱਕ ਬਲਵੀਰ ਪਾਲੇ ਦੀ ਖੇਡ ਦਾ ਕੋਈ ਤੋੜ ਨਹੀਂ। ਇਹ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਕਬੱਡੀ ਕੱਪਾਂ ਦਾ ਬੈਸਟ ਜਿਹੜਾ ਸਟੋਪਰ ਐਲਾਨਿਆ ਗਿਆ, ਭਾਰਤ ਦੇ ਲਈ ਟਰੈਕਟਰ ਜਿੱਤੇ ਨੇ ਔਰ ਦੁਨੀਆ ਭਰ ਦੇ ਵਰਲਡ ਕੱਪ ਜਿੱਤੇ ਨੇ। ਅੱਜ ਡਾਕਟਰ ਮੱਘਰ ਸਿਹਾਲ ਦੇ ਨਾਲ ਪਿਆਰ ਸਦਕਾ ਜਿੱਥੇ ਸਰਹਾਲਾ ਰਾਣੂਆਂ ਦੀ ਟੀਮ ਖੇਡ ਰਹੀ ਹੈ ਇਸ ਕਬੱਡੀ ਕੱਪ ਦੇ ਲਈ, ਉੱਥੇ ਪਾਲਾ ਸਪੈਸ਼ਲੀ ਇਸ ਕਬੱਡੀ ਕੱਪ ਦੇ ਉੱਤੇ ਪੁੱਜਾ ਹੈ। ਮੈਂ ਬਲਵੀਰ ਪਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜਾ ਜਿੰਨਾ ਵੱਡਾ ਇਹ ਖਿਡਾਰੀ ਹੈ ਧਰਮਾਂ ਜੀ, ਉਸ ਤੋਂ ਵੱਡਾ ਇਨਸਾਨ ਹੈ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।